ਬਟਾਲਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਟਾਲਾ ਸ਼ਹਿਰ ਦਾ ਨਾਮ ਬਦਲ ਕੇ ਗਾਰਬੇਜ ਸਿਟੀ ਰੱਖ ਦਿੱਤਾ ਜਾਵੇ, ਜਿਸ ਦਾ ਕਾਰਨ ਹੈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ। ਜੀ ਹਾਂ, ਇੱਥੋਂ ਦੇ ਲੋਕ ਵੀ ਗੰਦਗੀ ਦੇ ਢੇਰ ਤੋਂ ਇੰਨੇ ਅੱਕ ਚੁੱਕੇ ਨੇ ਕਿ ਹੁਣ ਸ਼ਹਿਰ ਦਾ ਨਾਮ ਵੀ ਗੰਦਗੀ ਦੇ ਆਧਾਰ ਉੱਤੇ ਰੱਖਣ ਨੂੰ ਕਹਿ ਰਹੇ ਨੇ। ਕਹਿਣ ਵੀ ਕਿਉਂ ਨਾ, ਜਦੋਂ ਸ਼ਹਿਰ ਦੀ ਹਾਲਤ ਨਰਕ ਵਰਗੀ ਬਣੀ ਹੋਈ ਹੈ, ਥਾਂ ਥਾਂ 'ਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਅਤੇ ਰਾਹਗੀਰਾਂ ਲਈ ਵੀ ਮੁਸ਼ਕਿਲ ਬਣ ਰਹੇ ਨੇ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਮੇਰਾ ਤਾਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਦਾ ਨਾਂ ਗੰਦ ਸ਼ਹਿਰ ਰੱਖ ਦੇਣ, ਬਟਾਲੇ ਨੂੰ ਬਿਠਾ ਕੇ ਗੰਦ ਸ਼ਹਿਰ, ਗਾਰਬੇਜ ਸ਼ਹਿਰ ਇੰਗਲਿਸ਼ 'ਚ ਰੱਖਣਾ ਤੇ ਅਤੇ ਸਾਡੀ ਇੱਕ ਰਿਕੁਐਸਟ ਹੈ, ਇਹੀ ਪੂਰੀ ਕਰ ਦੇਣ, ਹੋਰ ਤਾਂ ਕੋਈ ਕੰਮ ਪੂਰਾ ਹੋਣਾ ਨਹੀਂ ਗਾ। ਹਰ ਸਕੂਲ ਦੇ ਬਾਹਰ ਘੱਟੋ ਘੱਟ 10-10, 20-20 ਟਰਾਲੀਆਂ ਦਾ ਢੇਰ ਲੱਗਾ ਦਾ, ਕੋਈ ਇੰਤਜ਼ਾਮ ਨਹੀਂ ਇਹਨਾਂ ਕੋਲ ਚੁੱਕਣ ਦਾ। ਜੇ ਅਸੀਂ ਰਿਕੁਐਸਟ ਕਰਦੇ ਹਾਂ ਤਾਂ ਉਲਟਾ ਸਾਨੂੰ ਕਹਿੰਦੇ ਨੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਇਹ ਅਰੇਂਜਮੈਂਟ ਸਰਕਾਰ ਨੇ ਕਰਨੇ ਨੇ, ਅਸੀਂ ਇਹ ਰਿਕੁਐਸਟ ਕਰਦੇ ਹਾਂ ਜਿਹੜੇ ਸ਼ਹਿਰ ਦੇ ਕੋਈ ਵੱਡੇ ਅਫਸਰ ਨੇ, ਜਿਹੜੇ ਮਤਲਬ ਗਸਟਡ ਅਫਸਰ ਨੇ, ਕਿ ਉਹ ਇੱਕ ਵਾਰੀ ਬਟਾਲੇ ਨੂੰ ਪੈਦਲ ਉਤਰ ਕੇ ਰਾਊਂਡ ਜ਼ਰੂਰ ਲਗਾਉਣ, ਫਿਰ ਹੀ ਉਹਨਾਂ ਨੂੰ ਬਟਾਲੇ ਦੀ ਸਥਿਤੀ ਦਾ ਪਤਾ। ਕਾਰਾਂ ਜੀਪਾਂ ਦੇ ਵਿੱਚ ਨਹੀਂ, ਸਕਾਊਟਾਂ ਗੱਡੀਆਂ ਅੱਗੇ ਲਾ ਕੇ ਨਹੀਂ ਪਤਾ ਲੱਗ ਸਕਦਾ ਕਾਰਾਂ ਦਾ, ਜਿਹੜਾ ਕੂੜੇ ਦਾ ਡੰਪ ਜਗ੍ਹਾ ਜਗ੍ਹਾ 'ਤੇ ਲੱਗਾ ਦਾ, ਹਰ 50 ਮੀਟਰ 'ਤੇ ਕੂੜੇ ਦਾ ਡੰਪ। ਭਾਅ ਜੀ, ਕੂੜੇ ਦਾ ਢੇਰ 'ਤੇ ਲੱਗਾ, ਸਭ ਤੋਂ ਵੱਡੀ ਬਦਨਸੀਬੀ ਹੈ ਵਾ ਕਿ ਜਿਹੜੇ ਕੂੜੇ ਦੇ ਮੇਜਰ ਢੇਰ ਲੱਗੇ ਦੇ ਨਾ, ਉਹਦੇ ਆਹਮਣੇ ਸਾਹਮਣੇ ਵੱਡੇ ਵੱਡੇ ਸਕੂਲ ਨੇ ਭਾਅ ਜੀ, ਜਿਹਦੇ 'ਚ ਸਾਡਾ ਆਉਣ ਵਾਲਾ ਭਵਿੱਖ ਪੜ੍ਹਦਾ, ਬੱਚੇ ਪੜ੍ਹਦੇ ਨੇ, ਅਤੇ ਲਗਾਤਾਰ ਪਿਛਲੇ 3 ਮਹੀਨੇ ਤੋਂ ਇੱਥੇ ਜੋ ਹਾਲ ਹੈ ਡੇਂਗੂ ਦਾ, ਹਰ ਘਰ 'ਚ ਇੱਕ ਇੱਕ ਦੋ ਦੋ ਬੰਦੇ ਮਰੀਜ਼ ਨੇ, ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ, ਪਰ ਪ੍ਰਸ਼ਾਸਨ ਨੂੰ ਕੋਈ ਸੁੱਧ ਨਹੀਂ ਰਿਹਾ। ਸਰ, ਹੁਣ ਮਿਲਾਂਗੇ, ਬਹੁਤ ਹਾਲਾਤ ਮਾੜੇ ਆ ਸ਼ਹਿਰ ਦੇ। ਆਹ ਖਜੂਰੀ ਗੇ ਪੈਟਰੋਲ ਪੰਪ ਲੱਗੇ ਤਾਂ ਇੰਨਾ ਕੂੜਾ, ਅਤੇ ਲੰਘਣ ਦੇ ਹਾਲਾਤ ਹੀ ਬਹੁਤ ਮਾੜੇ ਆ, ਲੰਘਿਆ ਹੀ ਨਹੀਂ ਜਾਂਦਾ ਉੱਥੋਂ। ਸਕੂਲਾਂ ਦੇ ਬੱਚੇ ਵੀ ਉੱਥੋਂ ਲੰਘਦੇ ਆ, ਕਈ ਡਿੱਗਦੇ ਵੀ ਆ, ਪਰ ਲੇਕਿਨ ਕੁਛ ਵੀ ਨਹੀਂ ਹੋ ਰਿਹਾ। ਬੜੀ ਵਾਰੀ ਕਿਹਾ ਵਾ ਕਿ ਕੂੜਾ ਚੁੱਕਣਾ, ਪਰ ਹੁਣ ਸਾਰੇ ਮੁਹੱਲੇ ਵਾਲੇ, ਇਲਾਕੇ ਵਾਲੇ ਕਹਿਣ ਡੇ ਆ, ਪਹਿਲੇ ਕਮਿਸ਼ਨਰ ਸਾਹਿਬ ਨੂੰ ਆਪਾਂ ਜਾਵਾਂਗੇ ਮਿਲਾਂਗੇ, ਅਤੇ ਨਾ ਮੰਨਣਗੇ ਤਾਂ ਫਿਰ ਉੱਥੇ ਧਰਨਾ ਦਿੱਤਾ ਜਾਏਗਾ। ਇਸ ਬਾਰੇ ਜਦੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਉਹੀ ਰਟਿਆ ਰਟਾਇਆ ਜਵਾਬ ਸੀ ਕਿ ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇਗਾ। ਟੈਂਪਰੇਰੀਲੀ ਜਿਹੜਾ ਹੈ ਉਹ ਬਟਾਲਾ ਸਿਟੀ ਦੇ ਵਿੱਚ ਪ੍ਰੋਬਲਮ ਆਈ ਸੀ, ਕਿਉਂਕਿ ਜਿਹੜੀ ਡੰਪਿੰਗ ਗਰਾਊਂਡ ਹੈ ਸਾਡੀ ਉੱਥੇ, ਉਹ ਖੇਤਾਂ 'ਚ ਹੈ, ਉੱਥੇ ਰਸਤਾ ਜਿਹੜਾ ਟਰਾਲੀਆਂ ਫਸ ਗਈਆਂ ਦੋ, ਉਹਦੇ ਕਰਕੇ ਬਾਰਿਸ਼ ਕਰਕੇ ਪ੍ਰੋਬਲਮ ਆਈ ਸੀ। ਹੁਣ ਠੀਕ ਹੈ, ਹੁਣ ਕਲੀਅਰ ਕਰ ਰਹੇ ਹਾਂ। ਹੁਣ ਦੇਖਣਾ ਹੋਵੇਗਾ ਕਿ ਕਮਿਸ਼ਨਰ ਸਾਹਿਬ ਇਸ ਸਮੱਸਿਆ ਤੋਂ ਲੋਕਾਂ ਨੂੰ ਕਦੋਂ ਤੱਕ ਨਿਜਾਤ ਦਿਵਾਉਣਗੇ। ਬਟਾਲਾ ਤੋਂ ਨਿਤਿਨ ਲੁਥਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।